बैटरी फड़ो ओन ओन खड़ते खड़ते सेट हिल गए Thank you.
ਕਰਦੇ ਤੋਂ ਬਾਹਰ ਮੈਂ ਕਰਦਾ ਉਹ ਚਾਰ ਮੈਂ ਕਰਦਾ ਫਿਰ ਉਹ ਅਗਲਾ ਪੂਰਾ ਮੈਂ ਬਾਹਰ ਆਪਣੇ ਵਾਲੇ ਕਰਨ Oh, my God.
पानी तो मंगाया Thank you.
बार बार
सारे सज्जनों का वेलकम करते हैं। साडा जिहड़ा श्री सतगुरु जगजीत सिंह जी चौथा आल इंडिया टूरनामेंट चल रहा है, उसके विच अज सैमीफाइनल हो रहे ने ते पहले हाफ का 1-1 ड्रा टीम दोनों खेड रही ने। दोनों टीम बहुत ही अच्छा खेड का प्रदर्शन कर दी हुई। तीजे ते चौथे मैच का ये जिहड़ा है मैच चल रहा है, तीजे चौथे वास्ते इस तों बाद फाइनल होएगा। सो लाका निवासियों नूं इत्थे वध चढ़ के आना चाहिए है। सो जिन्हें भी साढ़े अज के इस मैच के अज के मुख्य मेहमान इत्थे आए हुए ने बाहरों सीनियर प्लेयर, जदों हाकी शुरू हुई इत्थे जी जीवन नगर। सो सारे सज्जनों नूं असीं वेलकम करते हाँ ते दोनों टीमों असीं वेलकम करते हैं कि आपो अपना पूरा स्किल दिखा के ते अपनी स्किल का प्रदर्शन करो। ओए काकू ओ ज्ञानी कुर्सी लेई एक बारो, कुर्सी ले कुर्सी ले के इनू।
डार करे तो लास्ट है उन्हें डार
तू आ कुर्सी थल ले ला ਕਿੱਥੇ ਨਹੀਂ ਦਿਖਿਆ ਹੱਦੋ ਕਿ ਮੈਂ ਚੜ ਜਾਣਾ ਤੂੰ ਥੱਲੇ ਬਹਿ ਜਾਣੀ ਤੇ ਨਹੀਂ ਗਰਾਊਂਡ ਕਿੱਥੇ ਨਹੀਂ ਦਿਖਦਾ ਕਵਰ ਸਹੀ ਨਹੀਂ ਹੋ ਰਿਹਾ ਯਾਰ ਫਿਰ ਫਾਇਦਾ ਵੀ ਤੂੰ ਥੱਲੇ ਬਹਿ ਜਾ ਮੈਂ ਚੱਲ ਚਲਾ ਲੈਣਾ ਯਾਰ ਜਦੋਂ ਪ੍ਰੋਪਰ ਸਾਈਜ਼ ਆ ਮੈਂ ਕੀ ਕਰਾਂ ਯਾਰ ਹੁਣ ਮੈਂ ਫੜ ਕੇ ਰੱਖੇ ਨੂੰ ਹੁਣ ਸਕੂਲ ਨੱਪ ਕਾ ਜਨੀ ਦੁਕਾਨ ਤੇ ਨਿਕਾ ਪੈ
ਵੇਖੀ ਉਹ ਗੁਰੂ ਜੀ ਆ ਲੋ ਨੱਪ ਕੇ ਚੰਗੀ ਤਰ੍ਹਾਂ ਲਾਇਆ ਉਹਨੂੰ ਭੈਣ ਚੋਂ ਵਿੱਚ ਵਾੜਦਾ ਇਹਨੂੰ ਲੱਸੀ ਕੋਈ ਆਪ ਫੋਨ ਆਉਂਦੇ ਤਾਂ ਸਿਸਟਮ ਸਹੀ ਲਾ ਤੂੰ ਚੌਥਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਹਾਕੀ ਟੂਰਨਾਮੈਂਟ ਜਿਹਦਾ ਕਿ ਪਹਿਲਾ ਸੈਮੀਫਾਈਨਲ ਦਾ ਥਰਡ ਕੁਆਟਰ ਚੱਲ ਰਿਹਾ ਥਰਡ ਫੋਰ ਦਾ ਮੈਚ ਜਿਹਦੇ ਵਿੱਚ ਇੱਕ ਇੱਕ ਬਰਾਬਰ ਲੋਕਾਂ ਦੇ ਪੀਸੀਆਂ ਲੱਗਣੀ ਹੈ
तीसरे आए क्वार्टर तक स्कोर एक एक संतरी पोशाक राउंड ग्लास की टीम ते चिड़िया पोशाक नामधारी 11 बहुत ही वधिया मैच चलता होया थोड़ी जी टेक्निकल प्रॉब्लम तो बाद इस मैच दे बेस्ट प्लेयर नू फ्लैश हॉकी अल्फा हॉकी दोनों वालों स्पिट्स स्पोर्ट्स किट दी जाएगी इस दे नाल नाल हरविंदर सिंह जेड़ा के सोनी साडा मित्र उन्हें अपनी माता की याद में 1100 रुपया उस बेस्ट प्लेयर नू मिलेगा बहुत बहुत धन्यवाद नामधारी टीम गोल करन ते ਕੁਲਦੀਪ ਸਿੰਘ ਵਿਰਕ ਜੋ ਕਿ ਹਾਬੜੀ ਤੋਂ ਨੇ ਲਾਡੀ ਵੀ ਉਹਨਾਂ ਨੂੰ ਕਿਹਾ ਜਾਂਦਾ ਯੂਐਸਏ ਵਾਲੇ ਉਹਨਾਂ ਦਾ ਪਿਛਲਾ ਪਿੰਡ ਹਾਬੜੀ ਉਹਨਾਂ ਵੱਲੋਂ 11000 ਰੁਪਇਆ ਕਲੱਬ ਨੂੰ ਇੱਕ ਸਹਾਇਤਾ ਦਿੱਤੀ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਤੇ ਹਾਬੜੀ ਦੀ ਟੀਮ ਨੂੰ ਫਾਈਨਲ 'ਚ ਪਹੁੰਚਣ 'ਤੇ 5500 ਰੁਪਇਆ ਉਹਨਾਂ ਵੱਲੋਂ ਇਨਾਮ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ Thank you.
Thank you.
ਵਧੀਆ ਸਕਿੱਲ ਦਾ ਪ੍ਰਦਰਸ਼ਨ ਕਰਦੇ ਹੋਏ ਮੁੰਡੇ ਨੇ ਪਲੰਟੀ ਗਨ ਅਰਜਿਤ ਕੀਤਾ। ਨਾਮਧਾਰੀ ਟੀਮ ਦੇ ਜਿੱਤਣ ਤੇ ਹਰਵਿੰਦਰ ਸਿੰਘ ਕੈਨੇਡਾ ਵੱਲੋਂ 2000 ਰੁਪਇਆ ਅਨਾਊਂਸ ਕੀਤਾ ਗਿਆ ਜੀ। ਬਹੁਤ ਬਹੁਤ ਧੰਨਵਾਦ।
ਹੋਇਆ ਸੀ ਅੱਜ ਦੇ ਦਿਨ ਦਾ ਉਹਦੇ ਵਿੱਚ ਨਾਮਧਾਰੀ ਟੀਮ 3-1 ਨਾਲ ਜੇਤੂ ਇਸ ਜੇਤੂ ਟੀਮ ਨੂੰ ਜਿਹੜਾ ਇਹਦਾ ਗੋਲਕੀਪਰ ਹੈ ਉਹਨੂੰ ਆਕਾਸ਼ ਧਾਲੀਵਾਲ ਵੱਲੋਂ ਜਗਵਿੰਦਰ ਧਾਲੀਵਾਲ ਵੱਲੋਂ ਇਸ ਗੋਲਕੀਪਰ ਨੂੰ 3000 ਰੁਪਇਆ ਇਨਾਮ ਦਿੱਤਾ ਜਾਂਦਾ ਜੀ ਬਹੁਤ ਬਹੁਤ ਵਧਾਈ ਸਾਡੇ ਸਤਿਗੁਰੁ ਪ੍ਰਤਾਪ ਸਿੰਘ ਆਊਟਡੋਰ ਸਟੇਡੀਅਮ ਸਾਡੇ ਕੋਚ ਰਿਸ਼ਪਾਲ ਸਿੰਘ ਜੀ ਦਾ ਆਉਣ ਤੇ ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਨਾਲ ਦੀ ਨਾਲ ਕੋਚ ਸਾਹਿਬ ਵੱਲੋਂ ਸਰਦਾਰ ਰਿਸ਼ਪਾਲ ਸਿੰਘ ਜੀ ਵੱਲੋਂ ਟੀਮ ਨੂੰ 25,000 ਰੁਪਇਆ ਇਨਾਮ ਵਜੋਂ ਬਹੁਤ ਬਹੁਤ ਧੰਨਵਾਦ ਕੋਚ ਸਾਹਿਬ ਜ਼ੋਰਦਾਰ ਤਾੜੀਆਂ ਕੋਚ ਸਾਹਿਬ ਰਿਸ਼ਪਾਲ ਸਿੰਘ ਜੀ ਹਰਵਿੰਦਰ ਕੈਨੇਡਾ ਦੇ ਪੈਸੇ ਆ ਗਏ ਜੀ ਬਾਬਾ ਸਾਡਾ ਜਿਹੜਾ ਛੋਟਾ ਆਪਣਾ ਪਲੇਅਰ ਸੀ ਇਹਨਾਂ ਦੇ ਟੀਮ ਦਾ ਮੈਚਮੇਟ ਸੀ 2000 ਰੁਪਇਆ ਮੇਰੇ ਕੋਲ ਆ ਗਿਆ ਟੀਮ ਵਾਸਤੇ ਇਸ ਵਾਰ ਟੋਕੀਓ ਓਲੰਪਿਕ ਉਹ ਇਹਨਾਂ ਦਾ ਕਾਕਾ ਇਹਨਾਂ ਦਾ ਬਹੁਤ ਬਹੁਤ ਵਧਾਈ
यार सारे इधर तो मूव कर लो कैमरे वाले फ्लैश हॉकी वालों इस मुंडे नू थर्ड फोर्थ च जिहड़ा बेस्ट प्लेयर दा अवार्ड दिता जांदा है नाल ही सरदार धर्म सिंह जी अपनी धर्म पत्नी की याद इस मुंडे जिहड़ा इस मैच बेस्ट प्लेयर रहा उन्होंने 1100 रुपया दे के इनाम वजो उत्साहित करते हुए बहुत बहुत धन्यवाद अगला मैच साई होस्टल सोनीपत स्पोर्ट्स होस्टल हावड़ी 25,000 रुपया शिरे 25,000 रुपया कोच रसपाल सिंह जी वालों भी टीम नाम वजह दिता जाएगा
ਸਤਵਿੰਦਰ ਧਾਲੀਵਾਲ ਵੱਲੋਂ ਨਾਮਧਾਰੀ ਟੀਮ ਦੇ ਗੋਲਕੀਪਰ ਨੂੰ 3000 ਰੁਪਇਆ ਗੂਗਲ ਪੇ ਹੋ ਗਿਆ ਕਾਕਾ ਚੈੱਕ ਕਰਕੇ ਦੱਸ ਦੀ ਨਾ ਹੋਏ ਤੇ परफॉर्मेंस दे सकन दोनों ही टीम प्लीज थोड़ी जी सेंटर की जगह छड़ दो ता जो ये बच्चे परफॉर्म कर सकन स्कूल दे भंगड़े दी परफॉर्मेंस करनगे ए झुमर जेड़ा पंजाबी लोक नाच ओदा ताडे सामने प्रदर्शन करनगे बहुत बहुत धन्यवाद पवित पगली स्कूल दा शुरू कर दो प्लीज ਜਿਹੜੇ ਵੀ ਮੇਰੇ ਵੀਰਾਂ ਦੇ ਵਹੀਕਲਸ ਰੋਡ ਤੇ ਨੇ ਪਲੀਜ਼ ਉਹਨਾਂ ਨੂੰ ਆਰਗੇਨਾਈਜ਼ ਕਰਕੇ ਨਿਰਧਾਰਿਤ ਪਾਰਕਿੰਗ ਵਾਲੀ ਜਗ੍ਹਾ ਤੇ ਖੜਾ ਕਰੋ ਤਾਂ ਜੋ ਕਿਸੇ ਨੂੰ ਵੀ ਆਉਣ ਜਾਣ 'ਚ ਦਿੱਕਤ ਨਾ ਹੋਵੇ ਥੋੜੀ ਹੀ ਦੇਰ ਚ ਸਤਿ ਸੱਚੇ ਪਾਤਸ਼ਾਹ ਜੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਇੱਥੇ ਦਰਸ਼ਨ ਦੇਣਗੇ ਔਰ ਇਹਨਾਂ ਬੱਚਿਆਂ ਦਾ ਉਹਨਾਂ ਨੂੰ ਆਸ਼ੀਰਵਾਦ ਦੇਣਗੇ ਤਾਂ ਜੋ ਆਪਣੀ ਜ਼ਿੰਦਗੀ 'ਚ ਹੋਰ ਵੀ ਸਫਲ ਹੋ ਸਕਣ ਹੋਰ ਉੱਚੀਆਂ ਮਾਲਾਂ ਮਾਰਨ ਔਰ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੀ ਟੀਮ ਨੂੰ ਵੀ ਰਹਿਨੁਮਾਈ ਕਰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਚੌਥਾ ਟੂਰਨਾਮੈਂਟ ਜਿਹੜਾ ਕਿ 13 ਅਕਤੂਬਰ ਤੋਂ ਲੈ ਕੇ 17 ਅਕਤੂਬਰ ਅੱਜ ਲਾਸਟ ਡੇਟ ਇਸ ਦਾ ਫਾਈਨਲ ਸਟੇਜ ਦੇ ਖੱਬੇ ਪਾਸੇ ਸੰਤਰੀ ਯਸੀਆ ਹਾਵੜੀ ਹੋਸਟਲ ਸਟੇਜ ਦੇ ਸੱਜੇ ਪਾਸੇ ਸਪੋਰਟਸ ਹੋਸਟਲ ਸ਼ਾਹੀ ਸੋਨੀਪਤ ਦੋਨੋਂ ਹੀ ਟੀਮਾਂ ਆਪਣੇ ਖੇਡ
ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਇਸ ਫਾਈਨਲ ਚ ਪੁੱਜੀਆਂ। इस टूरनामेंट की जेतू टीम नू 1.5 लाख रुपया ते दूसरे नंबर की टीम नू 1 लाख रुपया ते इस टूरनामेंट तीसरे नंबर की टीम नू 50,000 रुपया इनाम वजो दिता जाएगा। ते इस दे नाल नाल जिन्नियां भी पार्टिसिपेंट टीमां उन्हां नू 25,000 रुपया दे के उन्हां दा हौसला अफजाई किया। सारे ही क्लब मैंबर सारे ही इलाका निवासियां जिन्ना ही वीर भैनों ने इस टूरनामेंट में हिस्सा पाया उन्हां सारियां दा तहे दिलों धन्नवादी। अज स्पैशली साढ़े सत्ती भाजी लुधियाने तो जेडे के पुराने साढ़े सीनियर प्लेयर नाल हरदयाल भाजी वो भी इस ग्राउंड से स्पैशली मैच वास्ते आए, बहुत बहुत धन्यवाद। बेटा जल्दी करो थोड़ा जा प्लीज। रेडी बेटा, रेडी होते प्लीज हाथ खड़ा कर दियो।
ਥੈਂਕ ਯੂ ਬੇਟਾ ਥੈਂਕਸ ਥੈਂਕਸ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ਾਬਾਸ਼ ਪਲੀਜ਼ ਸਾਰੇ ਇਹਨਾਂ ਬੱਚਿਆਂ ਵਾਸਤੇ ਤਾੜੀਆਂ ਮਾਰ ਦਿਓ ਬਹੁਤ ਹੀ ਵਧੀਆ ਇਹਨਾਂ ਪੰਜਾਬੀ ਜਿਹੜਾ ਫੋਕ ਭੰਗੜਾ ਬਹੁਤ ਬਹੁਤ ਧੰਨਵਾਦ ਭਗਤ ਪਬਲਿਕ ਸਕੂਲ ਵੱਲੋਂ ਬਹੁਤ ਹੀ ਵਧੀਆ ਪਰਫੋਰਮੈਂਸ ਪਲੀਜ਼ ਪਲੀਜ਼ ਮੈਚ ਸ਼ੁਰੂ ਕਰਾ ਦਿਓ ਲੇਟ ਨਾ ਹੋ ਹਾਫ ਟਾਈਮ ਚ ਕਰਾਂਗੇ ਜੋ ਵੀ ਆਪਾਂ ਵਾਈਟ ਇੱਕ ਸਕੂਟੀ ਪਲੀਜ਼ ਆ ਬਿਜਲੀ ਵਾਲੀ ਇਹਨੂੰ ਸਾਈਡ ਤੇ ਕਰ ਦਿਓ ਸੱਚ ਪਾਤਸ਼ਾਹ ਜੀ ਗੱਡੀਆਂ ਹੁਣ ਆਉਣ ਵਾਲੀਆਂ ਫਾਇਰ ਬ੍ਰਿਗੇਡ ਵਾਲਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਇਹਨਾਂ ਨੇ ਸਾਨੂੰ ਸਰਵਿਸ ਮੁਹੱਈਆ ਕਰਵਾਈ Thank you.
ਕਲੱਬ ਵਾਲੇ ਭਗਤ ਪਬਲਿਕ ਸਕੂਲ ਦੇ ਬੱਚਿਆਂ ਨੂੰ ਭੰਗੜੇ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਤੇ ਉਹਨਾਂ ਦੇ ਮੈਨੇਜਮੈਂਟ ਦਾ। ਕਲੱਬ ਵਾਲੇ ਪਲੀਜ਼ ਪਲੀਜ਼ ਉੱਥੇ ਪਹੁੰਚ ਜਾਓ ਬਾਹਰ, ਸੱਚੇ ਪਾਤਸ਼ਾਹ ਦੀਆਂ ਗੱਡੀਆਂ ਆ ਗਈਆਂ। Wait, wait, wait.
Thank you.
Yeah.
Thank you.
ਚੌਥਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਹਾਕੀ ਟੂਰ ਫਾਈਨਲ ਮੈਚ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਇਨ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੰਦੇ ਹੋਏ ਔਰ ਆਸ਼ੀਰਵਾਦ ਦੇਣ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਹਾਕੀ ਜਿੰਨੇ ਵੀ ਸਾਡੇ ਭਰਾ ਹਾਕੀ ਦੇ ਪਲੇਅਰ ਜਾਂ ਨਵੇਂ ਨੇ ਸਾਰੇ ਪਲੀਜ਼ ਥੱਲੇ ਆ ਜਾਓ ਤਾਂ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਲ ਤਸਵੀਰ ਇੱਕ ਯਾਦਗਾਰੀ ਤਸਵੀਰ ਹੋ ਸਕੇ ਇੱਕ ਗੁਜ਼ਾਰਿਸ਼ ਹੈ ਕਿ ਸਿਰਫ ਹਾਕੀ ਪਲੇਅਰ ਹੀ ਪਲੀਜ਼ ਗਰਾਊਂਡ ਦੇ ਅੰਦਰ ਆਉਣ ਤਾਂ ਜੋ ਵਧੀਆ ਤਰ੍ਹਾਂ ਸਾਰਾ ਤਸਵੀਰ ਹੋ ਸਕੇ ਓਨਲੀ ਹਾਕੀ ਪਲੇਅਰਸ ਪਲੀਜ਼ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਹਾਕੀ ਸੰਨ 72-73 ਤੋਂ ਲੈ ਕੇ 2023 ਤੱਕ ਇਹਨਾਂ ਨੇ ਨਾਮਧਾਰੀ ਪੰਥ ਦਾ ਬਹੁਤ ਹੀ ਨਾਮ ਉੱਚੇ ਕੀਤਾ ਪਹਿਲਾਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਹਾਜ਼ਰ ਨਾਜ਼ਰ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਹਾਕੀ ਦੇ ਨਾਲ ਨਾਲ ਫੁੱਟਬਾਲ ਦਾ ਵੀ ਸਾਡੀ ਅਕੈਡਮੀ ਅਤੇ ਇਸ ਵਾਰ ਆਈ ਲੀਗ ਵਿੱਚ ਨਾਮਧਾਰੀ ਟੀਮ ਦੀ ਐਂਟਰੀ ਜਿਸ ਦੇ ਮੈਚ ਇਸ ਮਹੀਨੇ ਦੀ 31 ਤਰੀਕ ਤੋਂ ਲੈ ਕੇ 2-2.5 ਮਹੀਨੇ ਤੱਕ ਉਹ ਮੈਚ ਚੱਲਣਗੇ ਉਮੀਦ ਹੈ ਕਿ ਸਾਰੇ ਉਹਨਾਂ ਮੈਚਾਂ ਨੂੰ ਦੇਖੋ
Thank you.
साई सोनीपत वालों बहुत ही वधिया गोल 2-0 तो फर्क ना लगे Thank you.
ਪਾਣੀ ਇੱਥੇ ਕਰੋ Thank you.
ਸਾਈ ਸੋਨੀਪਤ ਵੱਲੋਂ ਬਹੁਤ ਹੀ ਵਧੀਆ ਮੂਵ ਬਣਾ ਕੇ ਗੋਲ ਕੀਤਾ ਗਿਆ। ਇਸ ਗੋਲ ਨਾਲ ਸਾਈ 4-0 ਤੋਂ ਅੱਗੇ। Thank you.
चौथा श्री सतगुरु जगजीत सिंह जी हॉकी टूर्नामेंट जिस दी जेतू टीम साई सोनीपत उन्हां नूं बहुत बहुत बधाई। बहुत ही वधिया खेड दा प्रदर्शन किया इन्हां बच्चों ने ते नाल दी नाल हाबड़ी दी टीम नूं भी बहुत वधाई। बेटा कोई गल नहीं, हारा जिता बनिया है, तुसीं भी बहुत वधिया खेडे। प्लीज दोनों टीमों नूं रिक्वेस्ट है कि वो जल्दी तो जल्दी स्टेज वाले पासे आ जाए। दोनों टीमों नूं रिक्वेस्ट है प्लीज जल्दी तो जल्दी स्टेज वाले पासे आ जाए ता जो प्राइज सेरेमनी हो सके। इस टूर्नामेंट का बेस्ट गोलकीपर एक नंबर कुनाल सोनीपत साई का मुंडा, बहुत बहुत बधाई। डिफेंडर नवराज सिंह नाम ते तीसरे नंबर नामदार 11 जिन्हें की कल बहुत ही वधिया हॉकी का प्रदर्शन किया। इन्हां सारियां टीमों नूं बहुत बहुत वधाई। प्लीज स्टेज तो आ जाओ मुकेश जी, सारी टीम आ जाओ प्लीज। टेक्निकल भी प्लीज टीम, सारी टेक्निकल टीम, अंपायर जी उन्हों का भी बहुत बहुत धन्यवाद। हॉकी डे वैसी बहुत बहुत धन्यवाद करते हैं कि उन्होंने अंपायर की टीम भेजी। टी डी साहब प्लीज अपनी सारी टीम नूं लैके स्टेज को आ जाओ ता जो उन्हों का भी सम्मान कर सकी।
शाबाश बेटा। हुण अपील करदा हाबड़ी स्पोर्ट्स होस्टल हाबड़ी वो अपना सैकंड प्राइज आके ले लो प्लीज। गुरबाज सिंह कोच गुरवीर भाजी प्लीज चेक भी दो नाल। बहुत ही वधिया खेड का प्रदर्शन किया, बहुत बहुत वधाई। साई सोनीपत जिहड़ी कि इस टूरनामेंट जेतु चौथा श्री सतगुरु जगजीत सिंह जी हॉकी टूरनामेंट जिसकी जेतू ने स्पोर्ट्स होस्टल साई बहुत ही वधाई। सतगुरु सच्चे पातशाह जी इन्हों फर्स्ट प्राइज देंगे। पहले प्राइज 1.5 लाख रुपए और बहुत बधाई साई सोनीपत। बहुत बहुत बधाई सोनीपत जिले तो टीम हावड़ी 11 प्लीज तुम अपना चेक लाजो। नामधारी 11 नू सच पातशाह जी कृपा करते हैं रशपाल सिंह कोच जी वालों। बहुत बहुत धन्यवाद करते हैं सतगुरु सच्चे पातशाह जी का, उन्होंने अपना कीमती समा कढ़िया ते बच्चों नू आशीर्वाद दिता, बहुत बहुत धन्यवाद। ते इस टूरनामेंट में हिस्सा लेने वाले ऑर्गेनाइजर अते सारे ही इलाका निवासियों का बहुत बहुत धन्यवाद। इस टूरनामेंट का हम पहला जो बेस्ट गोलकीपर साई सोनीपत कुनाल टीम नो बहुत बहुत मुबारक। दूसरे नंबर से जी टीम आई गुरबाज उन्होंने चेक दें क्लब मेंबर्स बहुत बधाई हाबड़ी। बेस्ट गोलकीपर कुना सोनीपत साई बहुत बहुत बधाई बेटा कुनाल, बहुत ही वधिया खेड का प्रदर्शन किया। बहुत बहुत बधाई इस बच्चे नो स्पोर्ट्स कोट देंदे हुए। डिफेंडर नवराज नामधारी 11 का मुंडा नवराज बहुत ही बधाई बेस्ट डिफेंडर नवराज सिंह। इस तो बाद मिडफील्ड
हावड़ी हावड़ी टीम का कैप्टन बेस्ट मिडफील्डर बहुत ही वधिया खेल का प्रदर्शन किया इस बच्चे ने बहुत बहुत बधाई हावड़ी ये मुंडा कैप्टन बहुत ही वधिया खेल का प्रदर्शन हावड़ी का नवीन प्रवीन बेस्ट मिडफील्डर जिन्ने भी सीनियर प्लेयर ने प्लीज आ जाओ तुसी भी अवार्ड दो इन्हां बहुत बधाई मुंडा प्रवीण हावड़ी इस तो बाद फॉरवर्ड नितिन साई बेस्ट फॉरवर्ड आज दे इसमें नितिन साई साई टीम का नितिन इस तो बाद हावड़ी टीम का छे नंबर का मुंडा अर्शदीप जिहड़ा कि इस टूरनामेंट का सब तो घट उम्र का बच्चा जिन्हें कि बहुत वधिया खेल का प्रदर्शन किया नितिन ए मुंडा साई का बेस्ट फॉरवर्ड नितिन बहुत ही वधिया खेल का प्रदर्शन नितिन वालों शाबाश बेटा इसे तरह ही तरक्कियां करते रहो ये जेड़ा हुण मैं ये मुंडा अर्शदीप छे नंबर का खिडारी जेड़ा कि अपकमिंग प्लेयर है सब तो घट उम्र का और सब तो वधिया खिडारी इस उम्र बहुत ही वधिया प्लेयर बहुत बहुत वधाई बेटा अर्शदीप शाबाश इस तो बाद हुण मैं अंपायर्स नूं प्लीज साहब बलविंदर सिंह जी प्लीज अपना सम्मान सरदार बलविंदर सिंह जिहड़े कि मिठापुर तों ने इस टूरनामेंट दे डीडी टैक्नीकल डायरैक्टर जिन्हां दे करके ये टूरनामेंट बहुत ही समूथ चलिया किसी भी अनहोनी तो बचाव रहा बहुत बहुत धन्यवाद बलविंदर जी बहुत बहुत धन्यवाद अमित कुमार जी अमित शर्मा सोंदी साहब प्लीज सोंदी जी सोनू कुमार जेडे की अंपायर विशु
ਬਹੁਤ ਹੀ ਵਧੀਆ ਨਾਮ ਚਰਨ ਸਿੰਘ ਵਿਨੈ ਕਿਸ਼ੋਰ ਜੀ ਬਹੁਤ ਹੀ ਵਧੀਆ ਪੈਰ ਕਰਨਦੀਪ ਸਿੰਘ ਇਹ ਮੁੰਡਾ ਪੰਜ ਆਓ ਜੀ ਬਲਜੀਤ ਜੀ ਬਹੁਤ ਵਧੀਆ ਬਾਨੂ ਪ੍ਰਤਾਪ ਅਬਦੁੱਲਾ ਖਾਨ ਹਰਪ੍ਰੀਤ ਹਰਪ੍ਰੀਤ ਆ ਗਿਆ ਪਲੀਜ਼ ਸਾਰੇ ਅੰਪਾਇਰਸ ਇਕੱਠੇ ਇੱਕ ਫੋਟੋ ਜੇ ਪਲੀਜ਼ ਇੱਕ ਮਿੰਟ ਜੀ ਪਲੀਜ਼ ਇਸ ਟੂਰਨਾਮੈਂਟ ਦੇ ਟੈਕਨੀਕਲ ਡਾਇਰੈਕਟਰ ਜੀ ਕੁਛ ਕਹਿਣਾ ਚਾਹੁੰਦੇ ਨੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਔਰ ਮੇਰਾ ਵੀ ਫਸਟ ਟੂਰਨਾਮੈਂਟ ਸੀ ਐਜ਼ ਏ ਡੀਡੀ ਸੋ ਮੈਂ ਬਹੁਤ ਲੱਕੀ ਹਾਂ ਕਿ ਮੈਂ ਸਾਰੀ ਜ਼ਿੰਦਗੀ ਯਾਦ ਰੱਖੂੰਗਾ ਕਿ ਮੈਂ ਇੱਥੇ ਆਪਣਾ ਪਹਿਲਾ ਟੂਰਨਾਮੈਂਟ ਕੀਤਾ ਸੀ ਬਹੁਤ ਵਧੀਆ ਤੁਸੀਂ ਔਰਗਨਾਈਜ਼ ਕੀਤਾ ਸਾਰਿਆਂ ਨੇ ਐਜ਼ ਏ ਟੀਮ ਕੰਮ ਕੀਤਾ ਸੋ ਆਉਣ ਵਾਲੇ ਭਵਿੱਖ ਲਈ ਸਾਰਿਆਂ ਨੂੰ ਤੁਹਾਨੂੰ ਬੈਸਟ ਆਫ ਲੱਕ ਥੈਂਕ ਯੂ ਭਾਜੀ ਥੈਂਕ ਯੂ ਜੀ ਬਲਵਿੰਦਰ ਜੀ ਸਾਰੀ ਟੀਮ ਦਾ ਹਾਕੀ ਇੰਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਵੀ ਮੈਸੇਜ ਉਹਨਾਂ ਨੂੰ ਕਨਵੇ ਕਰ ਦਿਓ ਅਸੀਂ ਇਹ ਟੂਰਨਾਮੈਂਟ ਹਰ ਸਾਲ ਕਰਾ ਸਕੀਏ ਥੈਂਕ ਯੂ ਏ ਗ੍ਰੇਡ ਦਿਓ ਪਲੀਜ਼ ਰਤਨ ਨੂੰ ਛੋਟੇ ਬੱਚੇ ਨੂੰ ਬੁਰਾਈ ਦੇ ਰਹੀ ਤੇ ਜਿਹੜੇ ਵੀ ਛੋਟੇ ਬੱਚੇ ਨੇ ਸਾਡੇ ਇਸ ਹਾਕੀ ਦੇ ਗਰਾਊਂਡ ਵਾਲੇ ਪਲੀਜ਼ ਸਾਰੇ ਲਾਈਨ ਉਹਨਾਂ ਅੱਗੇ ਆ ਜਾਓ ਉਹਨਾਂ ਨੂੰ ਵੀ ਮੈਡਲ ਦੇਣੇ ਨੇ ਇੱਕ ਕਰਕੇ ਬੇਟਾ ਲਾਈਨ ਉਹਨਾਂ ਅੱਗੇ ਜਿੰਨੇ ਪੀਲੇ ਸ਼ਰਟਾਂ ਵਾਲੇ ਬੱਚੇ ਇੱਕ ਲਾਈਨ ਚ ਦੂਸਰੇ ਇਹਨਾਂ ਦੇ ਪਿੱਛੇ ਇੱਕ ਲਾਈਨ ਪੀਲੇ ਅਲੱਗ ਵਾਈਟ ਅਲੱਗ ਹੁਣ ਕਲੱਬ ਵੱਲੋਂ ਇਹ ਬੱਚਿਆਂ ਨੂੰ ਸ਼ਰਟਾਂ ਜਿਹੜੀਆਂ ਕਲੱਬ ਮੈਂਬਰਸ ਨੇ ਬਣਾ ਦਿੱਤੀਆਂ ਸੀ ਵਾਈਟ ਅਤੇ ਪੀਲੀਆਂ ਇਹ ਜਿਹੜੇ ਵੀ ਬੱਚੇ ਇੱਥੇ ਗਰਾਊਂਡ 'ਚ ਆਉਂਦੇ ਨੇ ਉਹਨਾਂ ਨੂੰ ਕਲੱਬ ਵੱਲੋਂ ਦਿੱਤੀਆਂ ਗਈਆਂ ਬਹੁਤ ਹੀ ਧੰਨਵਾਦ ਕਲੱਬ ਵਾਲਿਆਂ ਦਾ ਤੇ ਇਹਨਾਂ ਬੱਚਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਇਹਨਾਂ ਗੀਤਾਂ ਨਾਲ ਜੁੜੇ ਅਤੇ ਆਪਣਾ ਭਵਿੱਖ ਬਣਾ ਰਹੇ ਨੇ ਜੇ ਕਿਸੇ ਦਾ ਬੱਚਾ ਹਾਕੀ ਵਾਲਾ ਇੱਧਰ ਉੱਧਰ ਰਹਿੰਦੇ ਉਹ ਵੀ ਪਲੀਜ਼ ਜਲਦੀ ਇੱਥੇ ਆ ਜਾਏ ਤਾਂ ਜੋ ਉਹ ਵੀ ਆਪਣਾ ਇਹ ਪ੍ਰਾਈਜ਼ ਲੈ ਸਕੇ
ਸਾਰੇ ਬੱਚੇ ਪਲੀਜ਼ ਆ ਜਾਓ ਤਾਂ ਜੋ ਇੱਕ ਫੋਟੋ ਹੋ ਸਕੇ। ਕੋਸਾ ਭਾਜੀ ਤੁਸੀਂ ਆ ਜਾਓ ਪਲੀਜ਼, ਰਾਮ ਪਲੀਜ਼ ਸਾਰੇ ਆ ਜਾਓ ਯਾਰ। मैं अपील करदा एसपीएस टीम नू, मेडिकल टीम नू, वो भी अपना बंदा सामान ले जाए प्लीज। उन्होंने भी बहुत सपोर्ट की 13 तारीख तो लैके वो निरंतर अपनी सेवा देंदे ने। मैं गुजारिश करता कि वो भी अपना सम्मान च लैन, नाल ही बी न्यूज वाले बूटा सिंह वो भी अपना देता जी। चलो बहुत वधिया, पहलों ही देता। हुण एंबूलेंस वाले भी ते एसपीएस तो आई टीम उन्होंने बहुत बहुत धन्यवादी, उन्होंने ही सम्मान चिन्ह दे के जी साडी एंबूलेंस टीम इन्होंने पूरे 5 दिन सवेरे 7 बजे तो लैके शाम को 6 बजे तक बहुत ही हार्ड ड्यूटी इन्हों की। इन्हों का भी बहुत बहुत धन्यवाद। सिविल सर्जन सिरसा जिन्होंने इन्हों को भेजा उन्होंने बहुत बहुत धन्यवाद। डॉक्टर प्रभात जिहड़े अज नहीं आए, डॉक्टर प्रभात की भी शील प्लीज इन्हों दे दो, वो अज चले गए ने। जिहड़े अपने लाइव चैनल वाले उन्होंने सम्मान करते एडीसी लाइव यार, जे कोई रह गया ना प्लीज अपने आप आ जाओ, उन्होंने ही सम्मान चिन्ह कर दी। यार कैमरा मैन प्लीज इन्हू भी भेज दो, ये काम तो यार अज का टीवी से बैठा है। हाँ हर घर च शील दिखनी चाहिए यार, इनिया शील्डा बनवाई है। लो ये मुंडे का मेन काम सी जरा इतने टीवी तो ही सारे काम करता सी। हुण मैं लास्ट सारिया इतने आने वाली टीम उन्हां दी मैनेजमेंट सारे ही इलाका निवासी सारे ही एनआरआई वीर हरिपुरा जगजीत नगर संत नगर जीवन नगर करीवाला होर जिन्हें भी जेड़े भी वीर साथियों ने इस टूरनामेंट को कामयाब करने वास्ते योगदान पाया उन्होंने सारे वीर का बहुत बहुत तहे दिलों धन्यवादी।
ਇਹਦੇ ਨਾਲ ਨਾਲ ਜਿੰਨੇ ਵੀ ਸਾਡੇ ਸੀਨੀਅਰ ਪਲੇਅਰ ਇੱਥੇ ਆਏ ਉਹਨਾਂ ਨੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ, ਉਹਨਾਂ ਨੂੰ ਪਿਆਰ ਦਿੱਤਾ। ਬਹੁਤ ਬਹੁਤ ਧੰਨਵਾਦ ਸਾਰੇ ਹੀ ਸੀਨੀਅਰਸ, ਸਾਰੇ ਹੀ ਕੋਚਿਸ, ਸਾਰੇ ਹੀ ਲਗਨ ਵਾਸੀ, ਸਾਰੇ ਹੀ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡਾ ਛੋਟਾ ਭਰਾ ਹਰਪਾਲ ਸਿੰਘ ਤੁਹਾਡੇ ਤੋਂ ਇਜਾਜ਼ਤ ਲੈਂਦਾ। ਬਹੁਤ ਬਹੁਤ ਧੰਨਵਾਦ।